ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ। ਸੋ CTET ਦਾ ਜਿਹੜੇ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਜੀ, ਕਾਫੀ ਜ਼ਿਆਦਾ ਵਿਦਿਆਰਥੀਆਂ ਦੇ ਕਮੈਂਟ ਆ ਰਹੇ ਨੇ ਕਿ ਜਿਹੜੀ ਉਹਨਾਂ ਦੀ ਸਕੈਂਡ OMR ਕਾਪੀ ਹੈ ਔਰ ਆਂਸਰ ਕੀ ਹੈ ਜਿਹੜੀ ਹੈ ਉਹ ਡਾਊਨਲੋਡ ਨਹੀਂ ਹੋ ਰਹੀ। ਸੋ ਬਹੁਤ ਸਾਰੀ ਟ੍ਰੈਫਿਕ ਹੈ ਜੀ, ਔਰ ਤੁਸੀਂ ਕਿਸ ਤਰੀਕੇ ਨਾਲ ਡਾਊਨਲੋਡ ਕਰਨੀ ਹੈ ਉਹ ਵੀ ਦੱਸਦੇ ਨੇ ਜੀ। CTET ਜਿਹੜਾ ਹੈ ਆ ਰਿਹਾ ਹੈ CTET.NIC.IN। ਸੋ ਇਸ 'ਤੇ ਜਾ ਕੇ ਆਪਾਂ ਜਿਹੜਾ ਹੈ ਕਲਿੱਕ ਕਰ ਦੇਣਾ ਜੀ, ਔਰ ਕਲਿੱਕ ਕਰਨ ਤੋਂ ਬਾਅਦ ਜਿਹੜੀ ਅਗਲੀ ਸਾਈਟ ਖੁੱਲ੍ਹ ਜੂਗੀ ਜੀ ਆਪਣੀ, ਔਰ ਉਸਦੇ ਉੱਤੇ ਜਿਹੜਾ ਹੈ ਨੀਚੇ ਜਾ ਕੇ ਜਿਹੜਾ ਹੈ ਇਹ ਆ ਗਿਆ ਜੀ ਆਪਣੀ ਆਪਸ਼ਨ ਵਿਊ ਆਂਸਰ ਕੀ ਐਂਡ ਸਕੈਂਡ ਇਮੇਜ ਆਫ OMR ਸ਼ੀਟ। ਸੋ ਇਸ 'ਤੇ ਜਾ ਕੇ ਕਲਿੱਕ ਕਰਨਾ, ਔਰ ਕਾਫੀ ਸਮੇਂ ਦੇ ਬਾਅਦ ਜਿਹੜਾ ਹੈ ਤੁਸੀਂ ਆਪਣੀ ਜਿਹੜੀ OMR ਸ਼ੀਟ ਹੈ ਸਕੈਂਡ ਉਹ ਦੇਖ ਸਕਦੇ ਹੋ, ਔਰ ਇਸ ਦੇ ਨਾਲ ਹੀ ਤੁਹਾਨੂੰ ਆਂਸਰ ਕੀ ਵੀ ਜਿਹੜੀ ਉਹ ਮਿਲ ਜਾਏਗੀ ਜੀ। ਸੋ ਕਾਫੀ ਦੇਰ ਦੇ ਬਾਅਦ ਜਿਹੜਾ ਇਹ ਪੇਜ ਨੈਕਸਟ ਖੁੱਲ੍ਹੇਗਾ ਜੀ, ਕਾਫੀ ਟਾਈਮ ਤੋਂ ਬਾਅਦ, ਕਿਉਂਕਿ ਸਾਈਟ ਦੇ ਉੱਤੇ ਕਾਫੀ ਲੋਡ ਹੈ ਜੀ। ਔਰ ਇੱਥੇ ਫਿਰ ਜਿਹੜਾ ਤੁਸੀਂ ਆਪਣਾ ਰੋਲ ਨੰਬਰ ਔਰ ਉਸ ਤੋਂ ਬਾਅਦ ਜਿਹੜੀ ਡੇਟ ਆਫ ਬਰਥ ਭਰ ਕੇ ਲੌਗਇਨ ਕਰਕੇ ਆਪਣੀ ਜਿਹੜੀ ਹੈ OMR ਸ਼ੀਟ ਡਾਊਨਲੋਡ ਕਰ ਸਕਦੇ ਹੋ ਜੀ। ਸੋ ਇਹ ਸੀ ਜੀ ਛੋਟੀ ਜਿਹੀ ਇਨਫੋਰਮੇਸ਼ਨ। ਇਸ ਤੋਂ ਇਲਾਵਾ ਜੇਕਰ ਤੁਸੀਂ PSTET ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਉਸਦੇ ਲਈ ਜਿਹੜਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਹਰ ਰੋਜ਼ ਜਿਹੜੀ ਲਾਈਵ ਕਲਾਸ ਹੁੰਦੀ ਹੈ 9 ਤੋਂ 10 ਉਹ ਕਲਾਸ ਅਟੈਂਡ ਕਰਕੇ PSTET ਦੀ ਪ੍ਰੈਪਰੇਸ਼ਨ ਜਿਹੜੀ ਹੈ ਉਹ ਕਰ ਸਕਦੇ ਹੋ ਜੀ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ ਜੀ।